ਸਤਿ ਸ਼੍ਰੀ ਅਕਾਲ ਜੀ ਅਸੀਂ ਹੁਣ ਹੀ ਆ ਰਹੇ ਸੀ ਪ੍ਰੈਕਟੀਕਲ ਕੋਕੜਾ ਫੜ ਕੇ ਇਹ ਕਾਫੀ ਦਿਨ ਦਾ ਇੱਥੇ ਸੀਗਾ ਚੁੱਪ ਰਹੀਓ ਯਾਰ ਜਰਾ ਤੇ ਅਸੀਂ ਇੱਕ ਦਿਨ ਵੀ ਇੱਥੋਂ ਫੜਨਾ ਇੱਥੇ ਤਾਂ ਹੁਣ ਪ੍ਰੈਕਟੀਕਲ ਕੋਕੜਾ ਫੜ ਕੇ ਆ ਰਹੇ ਸੀਗੇ ਤੇ ਹੁਣੇ ਦੇਖ ਗਿਆ ਯਕਦਮ ਜਿਹੜੀ ਪੋਸਟ ਫੜ ਲਈ ਇਹਨੇ ਨਿਕਲ ਜਾਣਾ ਸੀ ਕਾਫੀ ਭਾਰਾ ਵਾ ਬਿੱਗ ਸਾਈਜ਼ ਦਾ ਵਾ ਚਲੋ ਹੁਣ ਇਹਨੂੰ ਬਾਹਰ ਕੱਢਦੇ ਆ ਦਿਖਾਉਂਦੇ ਨੇ ਪੋਟੀ ਕਰਤੀ ਆ तेरा साला सर्दन पार तन्ने पूजे संसार तेरी पूजे जय जयकार मने अच्छा लगे से माता अंजनी के लाल तेरी कोई ना मिसाल बाबा चोला लाल लाल मने अच्छा लगे से तेरे तन में है राम तेरे मन में है राम तन्ने कहना राम राम मने अच्छा लगे से तेरा साला सर्दन पार तन्ने पूजे संसार ਸਤਿ ਸ਼੍ਰੀ ਅਕਾਲ ਜੀ ਕੱਲ੍ਹ ਰਾਤ ਦੇ 11-12 ਵਜੇ ਸੀਗੇ ਸ਼ਾਇਦ ਇੰਨਾ ਕੁ ਟਾਈਮ ਤਕਰੀਬਨ ਮੈਨੂੰ ਪੂਰਾ ਉਹ ਨਹੀਂ ਕਨਫਰਮ ਨਹੀਂ ਕਿਹਾ ਕਿੰਨਾ ਸੀਗਾ ਪਰ ਰਾਤ ਦਾ ਕਾਫੀ ਟਾਈਮ ਸੀਗਾ ਅਤੇ ਅਸੀਂ ਨਾ ਮੈਨੂੰ ਕੋਲ ਆਈ ਸੀਗੀ ਅਤੇ ਨਾ ਕਿਸੇ ਦੇ ਘਰ ਦੇ ਬਾਹਰ ਪ੍ਰੈਕਟੀਕਲ ਕੋਬਰਾ ਨਿਕਲ ਆਇਆ ਸੀਗਾ ਅਤੇ ਉੱਥੋਂ ਰੈਸਕਿਊ ਕਰਦੇ ਕਰਦੇ ਆ ਰਹੇ ਸੀਗੇ ਤਾਂ ਰਾਸਤੇ ਦੇ ਵਿੱਚ ਨਾ ਮੰਦਿਰ ਸੀਗਾ ਬਾਲਮੀਕ ਮਹਾਰਾਜ ਦਾ ਉਹਦੇ ਬਾਹਰਲੀ ਸਾਈਡ ਨਾ ਇੱਕ ਦਿਨ ਕਿਸੇ ਨੇ ਕੋਮਨ ਗ੍ਰੇਡ ਦੇਖਿਆ ਸੀਗਾ ਅਤੇ ਉਹ ਕੋਮਨ ਗੇਟ ਜਦੋਂ ਮੈਂ ਜਿੰਮ ਤੋਂ ਫੜਨ ਗਿਆ ਅਤੇ ਉੱਥੇ ਨਾ ਨਾਲੀ ਵਗੈਰਾ ਸੀ ਰੇਤਾ ਗਿਰੀ ਪਈ ਸੀਗੀ ਉਹ ਪਤਾ ਨਹੀਂ ਲੱਗਾ ਕਿਸ ਸਾਈਡ ਨੂੰ ਚੱਲ ਗਿਆ ਕਿਉਂਕਿ ਮੈਂ ਵੀ ਕਾਫੀ ਲੇਟ ਹੋ ਗਿਆ ਜਿੰਮ ਤੋਂ ਕਾਫੀ 4-5 ਕਿਲੋਮੀਟਰ ਦੂਰ ਸੀਗਾ ਅਤੇ ਉਹ ਜਦੋਂ ਮੈਂ ਉੱਥੇ ਕਾਫੀ ਲੱਭਿਆ ਮੈਨੂੰ ਨਹੀਂ ਮਿਲਿਆ ਅਤੇ ਕੱਲ੍ਹ ਫਿਰ ਜਦੋਂ ਸਪੈਕਟੀਕਲ ਕੋਬਰਾ ਰੈਸਕਿਊ ਕਰਕੇ ਆ ਰਹੇ ਸੀ ਤਾਂ ਉੱਥੇ ਕੁਛ ਨਾ ਬੱਚੇ ਸੀ ਸ਼ੋਭਾ ਯਾਤਰਾ ਕੱਲ੍ਹ ਸੀਗੀ ਬਾਲਮੀਕ ਮਹਾਰਾਜ ਦੀ
ਤੇ ਉਹ ਬੱਚਿਆਂ ਨੇ ਜਦੋਂ ਛੋਟਿਆਂ ਨੇ ਦੇਖਿਆ ਤੇ ਕਾਫੀ ਛੋਟੇ ਬੱਚੇ ਸੀਗੇ ਤਾਂ ਉਹ ਡਰਦੇ ਭੱਜੇ ਇੱਕ ਦੂਜੇ ਨੂੰ ਕਹਿਣਗੇ ਜਲਦੀ ਭੱਜ ਤੇਰੇ ਲੜ ਜਾਣਾ ਤੇ ਮੈਂ ਲੰਘਦੇ ਜਦੋਂ ਉਹਨਾਂ ਨੂੰ ਪੁੱਛਿਆ ਮੈਂ ਕਾਕੇ ਕੀ ਹੋਇਆ ਕਹਿੰਦੇ ਭਾਜੀ ਸੱਪ ਆ ਉੱਥੇ ਤੇ ਮੈਂ ਫਿਰ ਉਸੇ ਜਗ੍ਹਾ ਤੇ ਜਦੋਂ ਮੁੜ ਕੇ ਦੇਖਿਆ ਤੇ ਮੈਨੂੰ ਕੋਮਨ ਕ੍ਰੇਤ ਮਿਲਿਆ ਜਿਹੜਾ ਆਪਣੇ ਭਾਰਤ ਦਾ ਸਭ ਤੋਂ ਜ਼ਹਿਰੀਲਾ ਸੱਪ ਆ ਇਹ ਕਾਫੀ ਬਿਗ ਸਾਈਜ਼ ਦਾ ਵਾ ਤੇ ਕਾਫੀ ਬੜਾ ਵਾ ਤੇ ਇਹਨੂੰ ਜਦੋਂ ਦੇਖਿਆ ਕਾਫੀ ਅੰਦਰ ਤੱਕ ਚਲ ਗਿਆ ਸੀ ਨਾਲੀ ਦੇ ਤੇ ਇਹਦੀ ਤਕਰੀਬਨ ਥੋੜੀ ਜਿਹੀ ਪੂਛ ਰਹਿ ਗਈ ਸੀ ਤਾਂ ਮੈਂ ਜਿੱਦਾਂ ਹੀ ਜਾ ਕੇ ਇਹਨੂੰ ਫੜਿਆ ਤੇ ਵੀਡੀਓ ਬਣਾਉਣ ਵਾਲਾ ਕੋਈ ਨਹੀਂ ਸੀ ਉਸ ਟਾਈਮ ਅਸੀਂ ਜਦੋਂ ਸਨੇਕ ਰੈਸਕਿਊ ਕਰਨ ਜਾਈਦਾ ਵਾ ਤੇ ਮੇਰਾ ਫਰੈਂਡ ਆ ਜਿਹੜਾ ਉਹ ਸਟਾਰਟਿੰਗ ਤੋਂ ਸਨੇਕ ਰੈਸਕਿਊ ਕਰਨ ਤੋਂ ਪਹਿਲਾਂ ਹੀ ਵੀਡੀਓ ਕਰ ਦਿੰਦਾ ਕਿਉਂਕਿ ਉਹ ਟਾਈਮ ਹੀ ਕੁਛ ਇਸ ਤਰ੍ਹਾਂ ਦਾ ਮਿਲਿਆ ਕਿ ਸਨੇਕ ਯਕਦਮ ਹੀ ਦਿਖਿਆ ਐਕਟਿਵਾ ਤੋਂ ਉਹ ਸਟੈਂਡ ਲਗਾ ਕੇ ਜਾਂਦੇ ਮੈਂ ਫੜ ਲਿਆ ਫੜਨ ਤੋਂ ਬਾਅਦ 'ਚੋਂ ਫਿਰ ਮੈਂ ਫਰੈਂਡ ਆਪਣੇ ਨੂੰ ਕਿਹਾ ਕਿ ਵੀਡੀਓ ਬਣਾਉਣੀ ਹੁਣ ਸਟਾਰਟ ਕਰ ਇਸ ਕਰਕੇ ਵੀਡੀਓ ਉੱਥੋਂ ਹੀ ਸਟਾਰਟ ਆ ਤੇ ਤੁਸੀਂ ਇਹ ਨਾ ਸੋਚਿਓ ਕਿ ਹੈ ਨਾ ਸਨੇਕ ਸਟਾਰਟਿੰਗ ਦੇ ਵਿੱਚ ਕੁਛ ਇੱਦਾਂ ਦਾ ਨਹੀਂ ਸੀਗਾ ਤੇ ਆਓ ਹੁਣ ਇਹਨੂੰ ਰਿਲੀਜ਼ ਕਰੀਏ ਨਾਲੇ ਤੁਹਾਨੂੰ ਦਿਖਾਈਏ ਇਹਦਾ ਪੈਟਰਨ ਇਹ ਜ਼ਿਆਦਾ ਤੌਰ ਰਾਤ ਨੂੰ ਹੀ ਨਿਕਲਦਾ ਵਾ ਉੱਥੇ ਨਾਲੀ ਦੇ ਵਿੱਚ ਵੀ ਬੈਠਾ ਬੂਠਾ ਰਿਹਾ ਕਿ ਉਸ ਟਾਈਮ ਰਾਤ ਸੀਗੀ ਤਾਂ ਦੂਜਾ ਉੱਥੇ ਲੋਕ ਕਾਫੀ ਸੀਗੇ ਤੇ ਕਾਫੀ ਬਚਾਅ ਹੋ ਗਿਆ ਉੱਥੇ ਜੇ ਕਿਸੇ ਦੇ ਵੀ ਘੁੰਮਦੇ ਫਿਰਦੇ ਤੇ ਪੈਰ ਇਹਦੇ ਉੱਤੇ ਰੱਖ ਹੋ ਜਾਂਦਾ ਤੇ ਇਹਨੇ ਵਾਈਟ ਕਰ ਦੇਣੀ ਸੀ ਤਾਂ ਇਹਦੀ ਵਾਈਟ ਦਾ ਵੀ ਨਹੀਂ ਪਤਾ ਚੱਲਣਾ ਸੀ ਕਿਉਂਕਿ ਇਹਦੀ ਵਾਈਟ ਬਹੁਤ ਜ਼ਿਆਦਾ ਹੀ ਇੱਦਾਂ ਦੀ ਆ ਕਿ ਪਤਾ ਨਹੀਂ ਚੱਲਦਾ ਇਹਨੂੰ ਕਹਿੰਦੇ ਆ ਸਾਇਲੈਂਟ ਕਿਲਰ ਇਹ ਜਿਹੜੇ ਇਹਨਾਂ ਦੀ ਹਾਈਟ ਆ ਜਿਹੜੀ ਹੋ ਜਾਂਦੀ ਆ 6-7 ਫੁੱਟ ਦੀ ਹੋ ਜਾਂਦੀ ਆ ਪੋਟੀ ਕਰਤੀ ਤੁਸੀਂ ਦੇਖ ਸਕਦੇ ਆ ਕਾਫੀ ਬਿਗ ਸਾਈਜ਼ ਦਾ ਵਾ ਇਹ ਹੈਗਾ ਵਾ 5 ਕੁ ਫੁੱਟ ਦਾ ਮੈਂ ਥੋੜਾ ਲਾਈਟ 'ਚ ਲੈ ਕੇ ਆਉਂਦਾ ਇਹਨੂੰ ਦੇਖ ਸਕਦੇ ਆ ਤੁਸੀਂ ਇਹਦਾ ਪੈਟਰਨ ਕਈ ਜਣੇ ਨੂੰ ਡਾਊਟ ਹੋ ਜਾਂਦਾ ਵਾ ਤੇ ਕਈ ਜਣੇ ਨਾ ਕੋਮਨ ਬੁਲਫ ਸਨੇਕ ਸਮਝ ਲੈਂਦੇ ਆ ਇਹਦਾ ਜਿਹੜਾ ਪੈਟਰਨ ਆ ਇੱਥੇ ਤੱਕ ਵਾਈਟ ਧਾਰੀਆਂ ਉਸ ਤੋਂ ਅਗਲਾ ਹੈਡ ਬਲੈਕ ਆ ਇਹ ਜ਼ਿਆਦਾਤਰ ਰਾਤ ਨੂੰ ਹੀ ਨਿਕਲਦਾ ਦਿਨੇ ਤੁਹਾਨੂੰ ਇਹ ਸਨੇਕ ਬਹੁਤ ਘੱਟ ਮਤਲਬ ਸੋਚੋ ਲਗਭਗ 1-2% ਹੀ ਮਿਲੂਗਾ ਜਿਵੇਂ ਕਿ ਆਪਾਂ ਕਈ ਵੇਲੇ ਇੱਟਾਂ ਦੇ ਚੱਕੇ ਚੱਕਦੇ ਉਹਦੇ ਵਿੱਚ ਮਿਲ ਜਾਂਦਾ ਦਿਨੇ ਜਾਂ ਕਿਤੇ ਉੱਦਾਂ ਇਹਦੇ ਪੈਟਰਨ ਪੂਟਰਨ ਮਾੜਾ ਮੋਟਾ ਬਾਹਰ ਦੇਖ ਜਾਵੇ ਤਾਂ ਉਹਨਾਂ ਨੂੰ ਉਸ ਟਾਈਮ ਪਤਾ ਲੱਗ ਜਾਂਦਾ ਘੁੰਮਦਾ ਫਿਰਦਾ ਨਹੀਂ ਮਿਲੂਗਾ ਕਦੀ ਵੀ ਇਹ ਨਾ ਤੁਹਾਨੂੰ ਘਰ ਦੇ ਵਿੱਚ ਕਦੀ ਵੀ ਘੁੰਮਦਾ ਫਿਰਦਾ ਮਿਲੂਗਾ ਨਾ ਕਿਤੇ ਬਾਹਰ ਘੁੰਮਦਾ ਫਿਰਦਾ ਮਿਲੂਗਾ ਇਹ ਰਾਤ ਨੂੰ ਹੀ ਨਿਕਲਦਾ ਵਾ ਤੇ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਜਿਹੜਾ ਰਾਤ ਨੂੰ ਸਨੇਕ ਨਿਕਲੇ ਬਸ਼ੱਕ ਦੀ ਰੈਡ ਸਨੇਕ ਹੀ ਨਿਕਲੇ ਤੁਸੀਂ ਜਿਹੜਾ ਵੀ ਰਾਤ ਨੂੰ ਸਨੇਕ ਨਿਕਲਦਾ ਉਸ ਤੋਂ ਬਹੁਤ ਚੁਕੰਨੇ ਰਹਿਣਾ ਵਾ ਕਿਉਂਕਿ ਜ਼ਿਆਦਾਤਰ ਇਹ ਹੀ ਨਿਕਲਦੇ ਆ ਜਾਂ ਫਿਰ ਕੋਈ ਹੋਰ ਵੀ ਜੇ ਨਿਕਲਦਾ ਵਾ ਤੁਸੀਂ ਉਸ ਤੋਂ ਵੀ ਧਿਆਨ ਨਾਲ ਹੀ ਰਹਿਣਾ ਵਾ ਕਈ ਵੇਲੇ ਇੱਦਾਂ ਹੁੰਦਾ ਵਾ ਕਿ ਕਈ ਜਣੇ ਇਹਨੂੰ ਹੀ ਰੈਡ ਸਨੇਕ ਸਮਝ ਲੈਂਦੇ ਜਿਹਨਾਂ ਨੂੰ ਨਹੀਂ ਪਤਾ ਕਈ ਜਣੇ ਹੋਰ ਕੁਛ ਮਤਲਬ ਕਿ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹ ਸਨੇਕ ਇੱਦਾਂ ਦਾ ਵਾ ਇਹਦੀ ਜੇ ਵਾਈਟ ਹੋ ਗਈ ਮਤਲਬ ਕਿ ਬਹੁਤ ਘੱਟ ਚਾਂਸ ਆ ਬਚਣ ਦੇ ਜੇ ਤੁਸੀਂ ਟਾਈਮ ਨਾਲ ਹੋਸਪਿਟਲ ਪਹੁੰਚ ਗਏ ਤਾਂ ਤੁਹਾਡਾ ਬਚਾਅ ਹੋ ਜਾਊਗਾ ਅਦਰਵਾਈਜ਼ ਮਤਲਬ ਕਿ ਡੈਥ ਹੀ ਆ ਆਪਣੇ 1 ਸਾਲ ਦੇ ਵਿੱਚ ਇਸ ਸਨੇਕ ਦੇ ਨਾਲ 50-60,000 ਮੌਤਾਂ ਹੋ ਜਾਂਦੀਆਂ ਵਾ ਤੁਸੀਂ ਜੇ ਸਨੇਕ ਦੇ ਬਾਰੇ ਜਾਣਨਾ ਚਾਹੋਗੇ ਤੁਸੀਂ ਪਤਾ ਕਰਨਾ ਚਾਹੋਗੇ ਤਾਂ ਤੁਸੀਂ ਇਹਦੇ ਬਾਰੇ ਮਤਲਬ ਕਿ ਇੱਦਾਂ ਵਾ ਮੇਰੇ ਨਾਲ ਕਾਫੀ ਗਰੁੱਪ ਇੱਕ ਬਣਿਆ ਪਿਆ ਵਾ ਜਿਹੜੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਆ ਜਿਹੜੇ ਉਹ ਸਨੇਕ ਹੀ ਰੈਸਕਿਊ ਕਰਦੇ ਆ ਉਹਨਾਂ ਨੇ ਮੇਰਾ ਉਹਦੇ ਵਿੱਚ ਗਰੁੱਪ 'ਚ ਨੰਬਰ ਪਾਇਆ ਵਾ ਕਿ ਭਾਜੀ ਜੇ ਹੁਸ਼ਿਆਰਪੁਰ ਵਾਲੀ ਸਾਈਡ ਸਨੇਕ ਨਿਕਲਦਾ ਵਾ ਤੇ ਅਸੀਂ ਤੁਹਾਨੂੰ ਕੰਟੈਕਟ ਕਰ ਦਿਆ ਕਰਾਂਗੇ ਮੈਂ ਕਿਹਾ ਕੋਈ ਨਹੀਂ ਭਾਜੀ ਜ਼ਰੂਰ ਮੈਂ ਇਹਨੂੰ ਇਸ ਸਾਈਡ ਤਾਂ ਕਰ ਰਿਹਾ ਕਿਉਂਕਿ ਇਸ ਸਾਈਡ ਰੋਡ ਆ ਇਹ ਘੁੰਮਦਾ ਫਿਰਦਾ ਫਿਰ ਰੋਡ ਵੱਲ ਨੂੰ ਨਾ ਚੱਲ ਜਾਵੇ ਤੁਹਾਨੂੰ ਸਨੇਕ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਆ ਜਿੱਦਾਂ ਦੀ ਮਰਜ਼ੀ ਜੇ ਵਾਈਟ ਵੀ ਹੁੰਦਾ ਵਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਸਨੇਕ ਦੀ ਫੋਟੋ ਖਿੱਚਣੀ ਆ ਕਿਉਂਕਿ ਜਿਸ ਸਨੇਕ ਜਿਸ ਦੇ ਵਾਈਟ ਹੋਈ ਹੁੰਦੀ ਆ ਉਹਨੂੰ ਨਹੀਂ ਪਤਾ ਹੁੰਦਾ ਸਨੇਕ ਕਿਹੜਾ ਕਿਉਂਕਿ ਉਹ ਡਰ ਜਾਂਦਾ ਮਤਲਬ ਕਿ ਇੰਨਾ ਕੁ ਡਰ ਜਾਂਦਾ ਵਾ ਉਹਨਾਂ ਨੂੰ ਦੌੜ ਭੱਜ ਪੈ ਜਾਂਦੀ ਆ ਕਿ ਕੀ ਹੋ ਗਿਆ ਕਈ ਵੇਲੇ ਬੱਚੇ ਦਾ ਹੋ ਜਾਂਦਾ ਮੇਰੇ ਟਾਈਮ ਦੇ ਵਿੱਚ ਵੀ ਜਦੋਂ ਮੈਂ ਸਨੇਕ ਰੈਸਕਿਊ ਕਰਨਾ ਸਟਾਰਟ ਕੀਤੇ ਸੀਗੇ ਮੇਰੀ ਨਜ਼ਰਾਂ ਦੇ ਵਿੱਚ ਵੀ ਬਹੁਤ ਜਣਿਆਂ ਦੇ ਸਨੇਕ ਵਾਈਟ ਹੋਏ ਮੇਰੇ ਮੁਹੱਲੇ ਦੇ ਵਿੱਚ ਬਹੁਤ ਜਣਿਆਂ ਦੇ ਹੋਏ ਉਹਨਾਂ ਨੇ ਟ੍ਰੀਟਮੈਂਟ ਕਰਵਾ ਲਿਆ ਚੱਕਰ ਕੀ ਸੀ ਉਦੋਂ ਮੈਨੂੰ ਵੀ ਨਹੀਂ ਮੈਂ ਵੀ ਨਹੀਂ ਕਿਉਂਕਿ ਇੰਨੀ ਇਹਨਾਂ 'ਤੇ ਸਟੱਡੀ ਕੀਤੀ ਸੀ ਮੈਂ ਸਨੇਕ ਫੜ ਲੈਂਦਾ ਸੀ ਪਰ ਮੈਨੂੰ ਸਨੇਕ ਦੇ ਬਾਰੇ ਇੰਨੀ ਨੌਲੇਜ ਨਹੀਂ ਸੀਗੀ ਤਾਂ ਅਸੀਂ ਕੀ ਕਰਦੇ ਜਦੋਂ ਸਾਡੇ ਕੋਈ ਵੀ ਕੋਮਨ ਬੁਲਫ ਹੋ ਗਿਆ ਕੋਮਨ ਕੈਟ ਹੋ ਗਿਆ ਅਤੇ ਇਹ ਜੇ ਰੈਟ ਵੀ ਹੋ ਗਿਆ ਅਸੀਂ ਕੀ ਕਰਦੇ ਹਾਂ ਸਾਡੇ ਅਸੀਂ ਪੱਠੇ ਵੱਢਦੇ ਹਾਂ ਖੇਤਾਂ ਦੇ ਵਿੱਚ ਰੈਟ ਘੁੰਮਦਾ ਅਤੇ ਰੈਟ ਨੇ ਦੰਦੀ ਵੱਢਤੇ ਅਤੇ ਸਾਨੂੰ ਇੰਨਾ ਪਤਾ ਲੱਗਿਆ ਕਿ ਸੱਪ ਨੇ ਦੰਦੀ ਵੱਢਤੀ ਸੱਪ ਨਹੀਂ ਦਿਖਿਆ ਸਾਨੂੰ ਪਹਿਲੀ ਗੱਲ ਤਾਂ ਸਭ ਤੋਂ ਜਦੋਂ ਤੁਹਾਡੇ ਵਾਈਟ ਹੁੰਦੀ ਆ ਤੁਸੀਂ ਸਭ ਤੋਂ ਪਹਿਲਾਂ ਫੋਟੋ ਖਿੱਚਣੀ ਆ ਸਨੇਕ ਦੀ ਠੀਕ ਆ ਨੰਬਰ 2 ਜੇ ਵਾਈਟ ਹੋ ਗਈ ਤੁਹਾਡੇ ਕੋਲ ਫੋਟੋ ਨਹੀਂ ਖਿੱਚ ਹੁੰਦੀ
ਤੁਸੀਂ ਉਹਦੇ ਸਿੰਪਟਮ ਦੇਖਣੇ ਆ, ਸਿੰਪਟਮ ਦੇਖਣੇ ਆ। ਨੰਬਰ 2, ਤੁਸੀਂ ਮੈਨੂੰ ਕੰਟੈਕਟ ਜ਼ਰੂਰ ਕਰਨਾ, ਠੀਕ ਆ ਜੀ, ਕੰਟੈਕਟ ਕਰਨਾ ਕਿ ਸਾਡੇ ਵਾਈਟ ਹੋ ਗਈ ਆ ਉਸੇ ਟਾਈਮ, ਕਿਉਂਕਿ ਮੈਂ ਨੰਬਰ ਇਸ ਤਾਂ ਪਾਉਣ ਲੱਗਾ ਵੀਡੀਓ 'ਤੇ, ਕਈਆਂ ਦੇ ਸਨੇਕ ਵਾਈਟ ਹੋ ਜਾਂਦਾ, ਕਈਆਂ ਨੇ ਨੰਬਰ ਨਹੀਂ ਰੱਖੇ। ਬੜੀ ਸ਼ਰਮ ਦੀ ਗੱਲ ਇੱਕ ਹੋਰ ਆ, ਮੇਰੇ ਪਿੰਡ ਦੇ ਵਿੱਚ ਵੀ ਕਈ ਬੰਦੇ ਆ ਕੋਲ ਨੰਬਰ ਨਹੀਂ ਹੈਗਾ ਮੇਰਾ, ਸ਼ਹਿਰ ਦੇ ਕਈ ਬੰਦਿਆਂ ਕੋਲ ਜਿਹਨਾਂ ਨੇ ਜਿੱਥੇ ਰੈਸਕਿਊ ਕਰਦਾ ਵਾਂ ਜਾਂ ਨਹੀਂ ਵੀ ਰੈਸਕਿਊ ਕੀਤੇ, ਉਸ ਬੰਦਿਆਂ ਨੇ ਮੇਰਾ ਨੰਬਰ ਰੱਖਿਆ ਪਿਆ। ਪਿੰਡ ਦੇ ਵਿੱਚ ਇੱਦਾਂ ਵਾ, ਉਹਨਾਂ ਦੇ ਜਦੋਂ ਸਨੇਕ ਨਿਕਲਦਾ ਉਹ ਉਸ ਟਾਈਮ ਹੀ ਰੈਸਕਿਊ ਕਰਦੇ ਆ, ਅਤੇ ਅਦਰਵਾਈਜ਼ ਉਹ ਮਤਲਬ ਕਿ ਉਹਨਾਂ ਨੂੰ ਪਤਾ ਕਿ ਸਾਡੇ ਨਹੀਂ ਸਨੇਕ ਨਿਕਲਣਾ, ਅਸੀਂ ਇਹਦਾ ਨੰਬਰ ਰੱਖ ਕੇ ਕੀ ਕਰਨਾ ਹੈ ਨਾ। ਅਤੇ ਮੈਂ ਫਿਰ ਜਦੋਂ ਉਹਨਾਂ ਨਿਕਲਦਾ ਤਾਂ ਕਦੀ ਕਿਸੇ ਨੂੰ ਫੋਨ ਕਰਦੇ, ਕਦੀ ਕਿਸੇ ਕੋਲ ਫੋਨ ਕਰਾਉਂਦੇ ਕਿ ਸਾਡੇ ਸਨੇਕ ਨਿਕਲਿਆ ਵਾ। ਮੈਨੂੰ ਮਤਲਬ ਕਿ ਆਪ ਨੂੰ ਬੜੀ ਸ਼ਰਮਿੰਦਗੀ ਹੁੰਦੀ ਆ ਕਿ ਤੁਸੀਂ ਪਿੰਡ ਦੇ ਵਿੱਚ ਰਹਿ ਕੇ, ਮਤਲਬ ਕਿ ਚਲੋ ਮੈਂ ਕੋਈ ਉਹ ਨਹੀਂ ਹੈਗਾ ਕਿ ਜਿਹਦਾ ਨਾ ਨੰਬਰ ਬਹੁਤ ਜ਼ਰੂਰੀ ਰੱਖਣਾ, ਪਰ ਇਹ ਆ ਕਿ ਨੰਬਰ ਹੋਣਾ ਵੀ ਬਹੁਤ ਜ਼ਰੂਰੀ ਚਾਹੀਦਾ ਵਾ। ਜੇ ਕਿਤੇ ਹੁਣ ਸਨੇਕ ਨਿਕਲ ਆਵੇ, ਜੇ ਤੁਹਾਡੇ ਕੋਲ ਨਹੀਂ ਹੈਗਾ ਪਿੰਡ ਦੇ ਵਿੱਚ, ਇਹ ਪਤਾ ਕਿ ਸਾਡੇ ਪਿੰਡ ਦੇ ਵਿੱਚ ਬੰਦਾ ਸਨੇਕ ਫੜਦਾ ਵਾ, ਜੇ ਤੁਹਾਡੇ ਕੋਲ ਨੰਬਰ ਨਹੀਂ ਆ ਤਾਂ ਕੀ ਤੁਸੀਂ ਆਪ ਸਨੇਕ ਫੜ ਲੈਂਦੇ ਆ, ਬੁਲਾਉਂਦੇ ਤਾਂ ਤੁਸੀਂ ਫਿਰ ਵੀ ਮੈਨੂੰ ਹੀ ਆ, ਪਰ ਦੂਜਾ ਨੰਬਰ ਨਹੀਂ ਰੱਖਣਾ ਹੈ ਨਾ। ਬਾਕੀ ਚਲੋ ਤੁਹਾਡੀ ਇੱਛਾ ਵਾ, ਮੈਂ ਸਿਰਫ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਸੀ ਜੇ ਦੂਜਾ ਨੰਬਰ ਜੇ ਵਾਈਟ ਹੁੰਦੀ ਆ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਕਾਲ ਕਰਨੀ, ਉਹ ਜਿੱਥੇ ਵਾਈਟ ਹੋਈ ਆ ਉਹ ਵਾਈਟ 'ਤੇ ਮੈਨੂੰ ਪਿੱਕ ਕਰ ਲੈਣੀ ਆ ਕਿ ਕਿੱਦਾਂ ਦੀ ਵਾਈਟ ਕਿੱਦਾਂ ਦੀ ਨਹੀਂ। ਮੈਂ ਤੁਹਾਡੇ ਕੋਲ ਕੁਛ ਗੱਲਾਂ ਪੁੱਛੂੰਗਾ, ਜੇ ਮੈਨੂੰ ਲੱਗੂਗਾ ਕਿ ਹਾਂ ਵੀ ਉਹ ਸਿੰਪਟਮ ਹੈਗੇ ਆ ਸਨੇਕ ਵਾਈਟ ਦੇ ਜ਼ਹਿਰੀਲੇ ਦੇ, ਤੁਸੀਂ ਫੇਰ ਹੋਸਪਿਟਲ ਜਾਣਾ ਵਾ, ਠੀਕ ਆ। ਜੇ ਤੁਹਾਡੇ ਉਹ ਸਿੰਪਟਮ ਨਹੀਂ ਹੋ ਰਹੇ ਤੁਹਾਨੂੰ ਹੋਸਪਿਟਲ ਜਾਣ ਦੀ ਲੋੜ ਨਹੀਂ। ਮਤਲਬ ਕਿ ਕਈ ਵੇਲੇ ਇੱਦਾਂ ਹੁੰਦਾ ਰੈਡ ਸਨੇਕ ਵਾਈਟ ਕਰਦਾ ਵਾ, ਤਾਂ ਉੱਥੇ ਦੇ ਜਿਹੜੇ ਘਰ ਦੇ ਜਾਂ ਬਾਹਰਲੇ ਉਹਨੂੰ ਇੰਨਾ ਗਡਰਾ ਦਿੰਦੇ, ਉਹਦੀ ਹਾਰਟ ਬੀਟ ਇੰਨੀ ਤੇਜ਼ ਹੋ ਜਾਂਦੀ, ਉਹ ਜਗ੍ਹਾ 'ਤੇ ਸਵੈਲਿੰਗ ਹੋ ਜਾਂਦੀ ਆ, ਉਸ ਬੰਦੇ ਨੂੰ ਹਾਰਟ ਅਟੈਕ ਆ ਜਾਂਦਾ ਵਾ। ਅਤੇ ਘਰ ਦੇ ਸੋਚਦੇ ਆ ਕਿ ਸ਼ਾਇਦ ਸਨੇਕ ਵਾਈਟ ਦੇ ਨਾਲ ਜ਼ਹਿਰੀਲਾ ਸੀ, ਉਹਦੇ ਨਾਲ ਡੈਥ ਹੋ ਗਈ, ਠੀਕ ਆ। ਤੁਸੀਂ ਹਾਲੇ ਪਹਿਲੀ ਗੱਲ ਤਾਂ ਤੁਸੀਂ ਡਰਾਉਣਾ ਨਹੀਂ ਉਹਨੂੰ ਜਿਹਦੇ ਵਾਈਟ ਹੁੰਦੀ। ਨੰਬਰ 2, ਤੁਸੀਂ ਮੈਨੂੰ ਕਾਲ ਕਰਨੀ ਆ, ਮੈਂ ਤੁਹਾਨੂੰ ਦੱਸ ਦੂੰਗਾ ਕਿ ਕੀ ਆ ਜ਼ਹਿਰੀਲਾ ਸੀ ਜਾਂ ਨਹੀਂ ਸੀਗਾ, ਠੀਕ ਆ। ਉਸ ਤੋਂ ਬਾਅਦ 'ਚ ਤੁਸੀਂ ਹੋਸਪਿਟਲ ਲੈ ਕੇ ਜਾਣਾ ਵਾ, ਅਤੇ ਮੈਂ ਜੇ ਤੁਹਾਡਾ ਰੈਟ ਵੀ ਲੜਿਆ ਤੁਸੀਂ ਹੋਸਪਿਟਲ ਚੱਲ ਗਏ, ਉਹਨਾਂ ਨੇ ਆਪਣਾ ਬਿੱਲ ਬਣਾ ਹੀ ਦੇਣਾ ਵਾ, ਉਹਨਾਂ ਨੇ ਨਹੀਂ ਦੇਖਣਾ ਕੋਈ ਗਰੀਬ ਆ ਕੋਈ ਅਮੀਰ ਆ, ਠੀਕ ਆ। ਜਿਹਨਾਂ ਦੇ ਵਾਈਟ ਹੋਈ ਹੁੰਦੀ ਉਹ ਸੋਚਦੇ ਕਿ ਸਾਡਾ ਬਸ ਜੀ ਜਿਹੜਾ ਕਰਦਾ ਉਹ ਬਚ ਜਾਵੇ। ਇਸ ਕਰਕੇ ਮੈਂ ਹਰੇਕ ਵੀਡੀਓ 'ਤੇ ਨੰਬਰ ਪਾਉਂਦਾ ਵਾਂ। ਹੋਰ ਤੁਹਾਨੂੰ ਸਨੇਕ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ, ਕਮੈਂਟ ਦੇ ਵਿੱਚ ਪੁੱਛ ਸਕਦੇ ਆ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ। Meow.